ਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਬੜੀ ਅਹਿਮ ਜਾਣਕਾਰੀ ਕਿਸਾਨ ਭਰਾਵਾਂ ਨੂੰ ਦੇਣ ਲੱਗੇ ਹਾਂ। ਜਿਹੜੀ ਇਹ ਕਿਸਾਨ ਵਿਚਾਰੇ ਪਹਿਲਾਂ ਹੀ ਕਰਜ਼ੇ ਦੀ ਮਾਰ ਦੇ ਥੱਲੇ ਬੜੇ ਦੱਬੇ ਹੋਏ ਨੇ, ਖੁਦਕੁਸ਼ੀਆਂ ਕਰ ਰਹੇ ਨੇ ਵਿਚਾਰੇ, ਬੜੀ ਮਾੜੀ ਹਾਲਾਤ ਆ। ਤੇ ਉੱਤੋਂ ਜਿਹੜੀਆਂ ਮਾੜੀਆਂ ਕੰਪਨੀਆਂ ਕਿਸਾਨਾਂ ਨੂੰ ਲੁੱਟਦੀਆਂ ਪਈਆਂ ਨੇ, ਕਿਸਾਨਾਂ ਦੇ ਝੂਠੇ ਵਾਅਦੇ ਕਰਕੇ, ਉਹਨਾਂ ਕੋਲੋਂ ਝੂਠ ਬੋਲ ਕੇ ਫਰੇਬ ਕਰਕੇ ਤੇ ਆਪਣੇ ਟਰੈਕਟਰ ਵੇਚ ਰਹੇ ਆ। ਮੈਂ ਤੁਹਾਨੂੰ ਟਰੈਕਟਰ ਦੀ ਫੋਟੋ ਦਿਖਾ ਦਿੰਦਾ, ਬਾਬਾ ਜੀ ਘੁਮਾਇਓ ਜਰਾ। ਇਹ ਟਰੈਕਟਰ ਆ ਮੈਸੀ ਫਰਗੂਸਨ 5545 ਆ। ਇਹ ਅਸੀਂ ਲੈ ਨੂੰ ਇੱਕ ਸਾਲ ਹੋਇਆ ਤਕਰੀਬਨ, ਤੇ ਭਰਾਓ ਅਸੀਂ ਤੇ ਫਸ ਗਏ ਆ। ਤੇ ਮੈਂ ਬੇਨਤੀ ਕਰਾਂਗਾ ਕਿ ਕੋਈ ਹੋਰ ਕਿਸਾਨ ਭਰਾ ਕਿਤੇ ਮੈਸੀ ਟਰੈਕਟਰ ਲੈ ਕੇ ਨਾ ਫਸੇ। ਇਹ ਨਾ ਅਸੀਂ ਬਿਲਕੁਲ ਹਲਕੇ ਕੰਮ ਤੇ ਚਲਾ ਰਹੇ ਹਾਂ, ਮੱਡ ਲੋਡਰ ਦਾ ਸਾਡਾ ਕੰਮ ਆ ਜਾਂ ਰੋਟਾਵੇਟਰ ਦਾ। ਤੇ ਇੱਕ ਸਾਲ ਦੇ ਵਿੱਚ ਅਸੀਂ 3 ਇਹਦੇ ਕਰਾਊਨ ਪਿਨਰ ਬਦਲ ਚੁੱਕੇ ਹਾਂ, ਉਹ ਵੀ ਓਰੀਜਨਲ ਟਾਫੇ ਦੇ ਪਾ ਕੇ। ਤੇ ਜਿਹੜਾ ਇੱਕ ਕਰਾਊਨ ਪਿਨਰ ਤਕਰੀਬਨ 2.5 ਤੋਂ 3 ਮਹੀਨੇ ਕੱਢਦਾ, ਹੁਣ ਵੀ ਟਰੈਕਟਰ ਖੁੱਲਿਆ ਵਿਖਾਲਦੇ ਆ ਬਾਬਾ ਜੀ, ਵਿਖਾਲਿਓ ਵਿੱਚ ਜਿਹੜਾ ਤਕਰੀਬਨ 1 ਮਹੀਨਾ ਹੋਇਆ ਇਹਨੂੰ ਪਾਏ ਨੂੰ, ਤੇ ਜਿਹੜਾ ਸਾਰਾ ਦਾਗੀ ਹੋਇਆ, ਕਪਲਰ ਟੁੱਟ ਜਾਂਦਾ। ਜਿਹੜੀ ਇਹ ਕੰਪਨੀ ਦਾਅਵੇ ਕਰਦੇ ਆ ਕਿ ਸਾਡੇ ਟਰੈਕਟਰਾਂ ਦੇ ਹਿੱਸੇ ਬੜੇ ਵਧੇ ਨੇ, ਭਰਾਵੋ ਕਦੇ ਭੁੱਲ ਕੇ ਮੈਸੀ ਨਾ ਲਿਓ। ਇਹ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗਾ, ਇਹ ਵੀਡੀਓ ਇੰਨੀ ਸ਼ੇਅਰ ਕਰੋ ਕਿ ਹਰ ਕਿਸਾਨ ਦੇ ਮੋਬਾਈਲ ਚ ਪਹੁੰਚੇ, ਇਸ ਕੰਪਨੀ ਤੋਂ ਬਚਿਆ ਜਾਵੇ। ਇੱਕ ਕਰਾਊਨ ਪਿਨਰ ਜਿਹੜਾ ਭਰਾਵੋ 7500 ਰੁਪਇਆ, ਜਿਹੜਾ ਕਿਸਾਨ ਜੇਬ ਚੋਂ 7500 ਰੁਪਇਆ ਕੱਢੇਗਾ ਉਹ ਕੀ ਕਰੇਗਾ? ਲੇਬਰ ਪਾ ਕੇ 10000 ਰੁਪਇਆ ਲੱਗਣ ਡਿਆ, ਤੇ ਤੁਸੀਂ ਸਿਆਣੇ ਜੇ। ਸੋ ਮੈਂ ਬਾਰ ਬਾਰ ਇਹ ਬੇਨਤੀ ਕਰੂੰਗਾ ਕਿ ਭੁੱਲ ਕੇ ਮੈਸੀ ਟਰੈਕਟਰ ਤੁਸੀਂ ਨਾ ਲੈ ਲਿਓ ਭਰਾ, ਅਸੀਂ ਤੇ ਫਸੇ ਜੇ ਤੇ ਤੁਸੀਂ ਨਾ ਫਸ ਜਿਓ, ਸਾਡੀ ਬੇਨਤੀ ਜੇ। ਤੇ ਬਾਜੋ ਇਸ ਕੰਪਨੀ ਦੇ ਕੋਲੋਂ, ਜੇ ਇਸ ਕੰਪਨੀ ਦਾ ਕੋਈ ਨੁਮਾਇੰਦਾ ਮੇਰੇ ਨਾਲ ਗੱਲ ਕਰਨੀ ਚਾਹੇ ਤਾਂ ਡਾਇਰੈਕਟਲੀ ਮੇਰੇ ਨਾਲ ਆ ਕੇ ਗੱਲ ਕਰ ਸਕਦਾ। ਮੇਰਾ ਨੰਬਰ ਨੋਟ ਕਰ ਲਓ, 9914 9974 ਭਰਾਵੋ ਬਾਜੋ, ਮੈਸੀ ਕੋਲੋਂ ਬਾਜੋ ਸਾਡੀ ਦਵਾਈ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।